ਵਾਹਿਗੁਰੂ, 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 ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਗਿਆਨ ਧਿਆਨ ਕਿਛ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ
ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ, ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ, ਗਿਆਨ ਧਿਆਨ ਕਿਛੁ ਕਰਮ ਨ ਜਾਣ, ਨਾਹਨ ਨਿਰਮਲ ਕਰਨੀ, ਸਾਧ ਸੰਗਤ ਕਾਇ ਅੰਚਲ ਲਾਹੋ, ਬਿਖਮ ਨਦੀ ਜਾਏ ਤਰਨੀ, ਸੇ ਸੰਯੋਗ ਕਰੋ ਮੇਰੇ ਪਿਆਰੇ, ਜਿਤ ਰਸਨਾ ਹਰ ਨਾਮ ਉਚਾਰੇ, ਸੇ ਸੰਯੋਗ ਕਰੋ ਮੇਰੇ ਪਿਆਰੇ, ਜਿਤ ਰਸਨਾ ਹਰ ਨਾਮ ਉਚਾਰੇ। ਸਲੋਕ ਮਹੱਲਾ ਤੀਜਾ, ਆਸਾ ਅੰਦਰ ਸਭ ਕੋ ਕੋਈ ਨਿਰਾਸਾ ਹੋਏ, ਨਾਨਕ ਜੋ ਮਰ ਜੀਵਿਆ ਸਹਿਲਾ ਆਇਆ ਸੋਏ। ਮਹੱਲਾ ਤੀਜਾ, ਨਾ ਕਿਛ ਆਸਾ ਹੱਥ ਹੈ ਕਿਉ ਨਿਰਾਸਾ ਹੋਏ, ਕਿਆ ਕਰੇ ਇਹ ਬੱਪੜੀ ਜਾਂ ਆਪ ਭੁਲਾਏ ਸੋਏ। ਪੌੜੀ ਤ੍ਰਿਗ ਜੀਵਨ ਸੰਸਾਰ ਸੱਚੇ ਨਾਮ ਬਿਨਾ, ਪ੍ਰਭ ਦਾਤਾ ਦਾ ਤਾਰ ਨਿਹਚਲ ਇਹ ਧਨ, ਸਾਸ ਸਾਸ ਅਰਾਧੇ ਨਿਰਮਲ ਸੋਏ ਜਨ, ਅੰਤਰ ਜਾਮੀ ਅਗਮ ਰਸਨਾ ਏਕ ਭਨ, ਰਵ ਰਹਿਆ ਸਰਬੱਤ ਨਾਨਕ ਬਲ ਜਾਈ, ਰਵ ਰਹਿਆ ਸਰਬੱਤ ਨਾਨਕ ਬਲ ਜਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਸੱਜੀ ਹੋਈ ਵਡਭਾਗੀ ਸਾਧ ਸੰਗਤ, ਸਤਿਗੁਰੂ ਜੀ ਨੇ ਰਹਿਮਤ ਕੀਤੀ ਹੈ ਇਹ ਸੁਭਾਗ ਘੜੀ ਸਤਸੰਗ ਦੀ ਸਾਨੂੰ ਪ੍ਰਾਪਤ ਹੋਈ ਹੈ। ਰਾਮਕਲੀ ਰਾਗ ਦੇ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਦੀ ਉਚਾਰੀ ਹੋਈ ਵਾਰ ਦੀ 20ਵੀਂ ਪੌੜੀ ਆਪਾਂ ਸਲੋਕਾਂ ਸਮੇਤ ਸਰਵਣ ਕੀਤੀ ਹੈ। ਇਸ ਤੋਂ ਪਹਿਲਾਂ ਕੱਲ੍ਹ ਆਪਾਂ ਸਤਿਗੁਰੂ ਜੀ ਦਾ ਪਾਵਨ ਉਪਦੇਸ਼ ਸਰਵਣ ਕਰ ਰਹੇ ਸੀ। ਮਹਾਰਾਜ ਨੇ ਇੱਕ ਉਦਾਹਰਣ ਦੇਖ ਕੇ ਸਮਝਾਇਆ ਹੈ ਕਿ ਜਿਵੇਂ ਕਪਾਹ ਵੇਲ ਕੇ ਫਿਰ ਉਸਨੂੰ ਰੂੰ ਨੂੰ ਪੰਜਾਇਆ ਜਾਂਦਾ ਹੈ, ਉਸ ਨੂੰ ਕੱਤ ਕੇ ਕੱਪੜਾ ਤਿਆਰ ਕੀਤਾ ਜਾਂਦਾ ਹੈ, ਫਿਰ ਉਸਨੂੰ ਛੋਟਾ ਕਰਕੇ ਉਸਨੂੰ ਖੁੰਬ ਚੜ੍ਹਾਇਆ ਜਾਂਦਾ ਹੈ, ਚੰਗੀ ਤਰ੍ਹਾਂ ਸਾਫ ਕੀਤਾ ਜਾਂਦਾ ਹੈ। ਔਰ
ਉਸ ਨੂੰ ਫਿਰ ਦਰਜੀ ਕੱਟ ਕੇ ਉਸਦਾ ਕੋਈ ਕੱਪੜਾ ਆਪਣੇ ਗਲ ਪਾਉਣ ਵਾਲੇ ਬਣਾਉਂਦਾ ਹੈ। ਇਹ ਜਿਵੇਂ ਕੱਪੜੇ ਦੇ ਨਾਲ ਜਿਵੇਂ ਰੂੰ ਦੇ ਨਾਲ ਹੋਈ ਹੈ, ਇਸੇ ਤਰ੍ਹਾਂ ਦਾ ਹੀ ਸਾਡਾ ਜੀਵਨ ਹੈ। ਸਾਰਾ ਜੀਵਨ ਹੀ ਘਾਲਣਾ ਕਰਦਾ ਰਹਿੰਦਾ ਹੈ ਬੰਦਾ, ਪਰ ਪਰਮੇਸ਼ਰ ਨੂੰ ਯਾਦ ਨਹੀਂ ਕਰਦਾ। ਬਿਰਤੀ ਹਰ ਵੇਲੇ ਹੀ ਸੰਸਾਰ ਵਿੱਚ ਰਹਿੰਦੀ ਹੈ, ਪਰਿਵਾਰ ਵਿੱਚ ਰਹਿੰਦੀ ਹੈ। ਅਜਿਹੀ ਹਾਲਤ ਦੇ ਵਿੱਚ ਕਿਵੇਂ ਰੱਬ ਵਾਲੇ ਪਾਸੇ ਜੁੜੇ? ਮਹਾਰਾਜ ਦੱਸ ਦਿੱਤਾ ਹੈ ਕਿ ਸੂਈ ਧਾਗਾ ਹੀ ਇਸ ਨੂੰ ਸੀ ਸਕਦਾ ਹੈ। ਬਿਲਕੁਲ ਇਸੇ ਹੀ ਤਰ੍ਹਾਂ ਜਦੋਂ ਇਨਸਾਨ ਸਾਰੇ ਪਾਸੇ ਬੇਇੱਜ਼ਤ ਹੋ ਜਾਂਦਾ ਹੈ, ਕਿਤੇ ਵੀ ਉਸਦਾ ਕੋਈ ਆਦਰ ਨਹੀਂ ਹੁੰਦਾ ਹੈ, ਅਜਿਹਾ ਇਨਸਾਨ ਫਿਰ ਕਿਵੇਂ ਸਮਾਜ ਵਿੱਚ ਵਿਚਰਨ ਯੋਗਾ ਹੋ ਸਕਦਾ ਹੈ? ਕਿਵੇਂ ਉਹ ਰੱਬ ਦੇ ਦਰ ਦਿੱਤੇ ਪ੍ਰਵਾਨ ਹੋ ਸਕਦਾ ਹੈ? ਉਹ ਤਰੀਕਾ ਮਹਾਰਾਜ ਨੇ ਦੱਸ ਦਿੱਤਾ ਕਿ ਰੱਬ ਦੀ ਸਿਫਤ ਸਲਾਹ ਕਰੋ। ਜਿਵੇਂ ਕੱਪੜਾ ਸੀਂ ਲਈਦਾ ਹੈ ਸੂਈ ਧਾਗੇ ਦੇ ਨਾਲ ਕੱਟ ਕੇ ਥਾਨ ਨੂੰ, ਇਸੇ ਤਰ੍ਹਾਂ ਹੀ ਰੱਬ ਦੇ ਨਾਲ ਆਪਣੀ ਸੁਰਤ ਨੂੰ ਜੋੜਨ ਵਾਸਤੇ ਉਸ ਦੀ ਸਿਵ ਸਲਾਹ ਦੀ ਲੋੜ ਹੈ। ਸਿਵ ਸਲਾਹ ਕਰਦਿਆਂ ਕਰਦਿਆਂ ਹੀ ਵਾਹਿਗੁਰੂ ਤਰੁੱਠਦਾ ਹੈ, ਮਨ ਨਿਰਮਲ ਹੁੰਦਾ ਹੈ। ਨਿਰਮਲ ਮਨ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਆਪਣੇ ਨਾਮ ਨੂੰ ਟਿਕਾਉਂਦਾ ਹੈ। ਫਿਰ ਜਿਵੇਂ ਜਿਵੇਂ ਨਾਮ ਦੇ ਨਾਲ ਸੁਰਤੀ ਲੱਗ ਜਾਂਦੀ ਹੈ, ਅਜਿਹੇ ਇਨਸਾਨ ਦਾ ਜੀਵਨ ਸਫਲਾ ਹੋ ਜਾਂਦਾ ਹੈ। ਸੋ ਇਸੇ ਤਰ੍ਹਾਂ ਹੀ ਇੱਕ ਹੋਰ ਉਦਾਹਰਣ ਸਤਿਗੁਰੂ ਜੀ ਨੇ ਕੱਲ੍ਹ ਦਿੱਤੀ ਸੀ ਕਿ ਜੇ ਸੱਚ ਦੀ ਕੈਂਚੀ ਹੋਵੇ, ਛੁਰੀ ਹੋਵੇ, ਉਸ ਨੂੰ ਲੋਹਾ ਵੀ ਜਿਹੜਾ ਹੈ ਸੱਚ ਦਾ ਹੀ ਲੱਗਾ ਹੋਵੇ, ਉਸ ਦੀ ਜਿਹੜੀ ਘਾੜਤ ਹੈ ਉਹ ਬਹੁਤ ਹੀ ਕਮਾਲ ਦੀ ਹੋਵੇਗੀ। ਅਤੇ ਅਜਿਹੀ ਛੁਰੀ ਨੂੰ ਜੇ ਸ਼ਬਦ ਦੀ ਸਾਣ ਦੇ ਉੱਤੇ ਰੱਖ ਕੇ ਤਿੱਖਾ ਕੀਤਾ ਹੋਵੇ ਅਤੇ ਉਸ ਤਿੱਖੀ ਕੀਤੀ ਛੁਰੀ ਨੂੰ ਗੁਰੂ ਦੇ ਬਖਸ਼ੇ ਹੋਏ ਗੁਣਾਂ ਦੇ ਮਿਆਨ ਦੇ ਵਿੱਚ ਸੰਭਾਲ ਕੇ ਵੀ ਰੱਖਿਆ ਹੋਵੇ। ਮਹਾਰਾਜ ਨੇ ਸਮਝਾਇਆ ਕਿ ਹੇ ਸ਼ੇਖ, ਜੇ ਅਜਿਹੀ ਤਿਆਰ ਹੋਈ ਸੁਰਤ, ਇਹ ਛੁਰੀ ਕੀ ਹੈ? ਸੁਰਤ ਹੈ, ਸਾਡੇ ਸਾਰਿਆਂ ਅੰਦਰ ਸੁਰਤ ਕੰਮ ਕਰ ਰਹੀ ਹੈ। ਸੁਰਤ ਵੀ ਹੋਣਾ ਕੋਈ ਨਾ ਕੀਆ, ਮਹਾਰਾਜ ਦਾ ਵਚਨ ਹੈ। ਕੋਈ ਅਜਿਹਾ ਇਨਸਾਨ ਨਹੀਂ ਹੈ ਜਿਹਦੇ ਅੰਦਰ ਇਹ ਸੁਰਤ ਨਹੀਂ ਹੈ, ਜਿਹਨੂੰ ਆਪਾਂ ਧਿਆਨ ਕਹਿੰਦੇ ਹਾਂ, ਕਦੀ ਇੱਧਰ ਚਲੇ ਗਿਆ, ਇੱਧਰ ਚਲੇ ਗਿਆ, ਇਹ ਸੁਰਤ ਹੀ ਹੈ। ਹਰ ਇੱਕ ਦੇ ਅੰਦਰ ਹੈ, ਕਿਸੇ ਦੀ ਸੰਸਾਰ ਵੱਲ ਹੈ, ਕਿਸੇ ਦੀ ਰੱਬ ਵੱਲ ਹੈ। ਸਮਾਰਕ ਕਹਿੰਦੇ ਕਿ ਜੇ ਕਿਤੇ ਅਜਿਹੇ ਤਰੀਕੇ ਨਾਲ ਤਿਆਰ ਹੋਈ ਸੁਰਤ ਜਿਹੜੀ ਹੈ ਉਹ ਇਸ ਸਰੀਰ ਦੇ ਉੱਤੇ ਕਾਬੂ ਪਾ ਲਵੇ, ਇਹਨਾਂ ਗਿਆਨ ਅਤੇ ਕਰਮ ਇੰਦਰੀਆਂ ਦੇ ਉੱਤੇ ਪ੍ਰਾਪਤ ਕਾਬੂ ਪਾ ਲਵੇ,
ਤਾਂ ਅਜਿਹੇ ਇਨਸਾਨ ਦੇ ਅੰਦਰ ਵਾਹਿਗੁਰੂ ਪਰਮੇਸ਼ੁਰ ਦੇ ਦੀਦਾਰਾਂ ਦੀ ਹਰ ਵੇਲੇ ਖਿੱਚ ਬਣੀ ਰਹਿੰਦੀ ਹੈ। ਇਸੇ ਖਿੱਚ ਦੇ ਵਿੱਚ ਉਹਦੀ ਯਾਦ ਵਿੱਚ ਜੁੜਿਆ ਰਹਿੰਦਾ ਹੈ ਅਤੇ ਉਸ ਦੇ ਵਿੱਚ ਹੀ ਅਭੇਦ ਹੋ ਜਾਂਦਾ ਹੈ। ਤੀਸਰੀ ਉਦਾਹਰਣ ਮਹਾਰਾਜ ਨੇ ਦਿੱਤੀ ਸੀ, ਹੰਕਾਰ ਤੋਂ ਬਚਣਾ ਚਾਹੀਦਾ ਹੈ। ਇੱਕ ਸੋਹਣਾ ਸਵਾਰ, ਸੋਹਣਾ ਇਨਸਾਨ, ਸ਼ਸਤਰਧਾਰੀ, ਕਮਰ ਦੇ ਵਿੱਚ ਗਾਤਰੇ ਦੇ ਵਿੱਚ ਕਟਾਰ ਪਾਈ ਹੋਈ ਹੈ, ਘੋੜੇ ਨੂੰ ਨਚਾਉਂਦਾ ਜਾਂਦਾ ਹੈ, ਆਸੇ ਪਾਸੇ ਦੇ ਲੋਕਾਂ ਦਾ ਵੀ ਖਿਆਲ ਨਹੀਂ ਰੱਖਦਾ ਹੈ, ਪਰ ਹੰਕਾਰ ਬੜਾ ਹੈ ਉਸਦੇ ਅੰਦਰ। ਮਹਾਰਾਜ ਨੇ ਕਿਹਾ, ਪਤਾ ਨਹੀਂ ਕਿਹੜੇ ਵੇਲੇ ਉੱਤੋਂ ਡਿੱਗ ਪੈਣਾ ਹੈ, ਘੋੜੇ ਤੋਂ ਸਿਰ ਪਰਨੇ ਅਤੇ ਨਾਲ ਹੀ ਮੌਤ ਹੋ ਜਾਣੀ ਹੈ। ਜੇ ਰੱਬ ਨੇ ਬਖਸ਼ਾਂ ਕੀਤੀਆਂ ਸੰਸਾਰੀ ਤੌਰ 'ਤੇ, ਸਾਨੂੰ ਤਕੜੇ ਬਣਾਇਆ ਹੈ, ਸੋਹਣੇ ਬਣਾਇਆ ਹੈ, ਸੁਚੱਜੇ ਬਣਾਇਆ ਹੈ, ਸੋਹਣਾ ਜੀਵਨ ਬਖਸ਼ਿਆ ਹੈ, ਤਾਂ ਇਸ ਗੱਲ ਦਾ ਹੰਕਾਰ ਨਹੀਂ ਸਾਡੇ ਅੰਦਰ ਆਉਂਦਾ ਆਉਣਾ ਚਾਹੀਦਾ। ਪਤਾ ਨਹੀਂ ਕਿਹੜੇ ਵੇਲੇ ਉਹ ਸਾਰਾ ਕੁਛ ਹੀ ਖਤਮ ਹੋ ਜਾਣਾ ਹੈ, ਫਿਰ ਪਛਤਾਉਣਾ ਪੈਂਦਾ ਹੈ। ਜਿਹੜੇ ਲੋਕ ਗੁਰੂ ਦੇ ਪਾਵਨ ਉਪਦੇਸ਼ ਨੂੰ ਧਿਆਨ ਨਾਲ ਪੜ੍ਹਦੇ ਸੁਣਦੇ ਹਨ, ਉਹ ਫਿਰ ਸਤਸੰਗਤ ਦੇ ਨਾਲ ਜੁੜ ਜਾਂਦੇ ਹਨ। ਸਤਸੰਗਤ ਦੇ ਵਿੱਚ ਆ ਕੇ ਗੁਰੂ ਦੇ ਪਾਵਨ ਉਪਦੇਸ਼ ਨੂੰ ਸ਼ਬਦ ਦੇ ਰੂਪ ਵਿੱਚ ਸੁਣਦੇ ਹਨ, ਇੰਜ ਉਹ ਸੱਚ ਰੂਪੀ ਨਾਮ ਧਨ ਨੂੰ ਇਕੱਠਾ ਕਰੀ ਜਾਂਦੇ ਹਨ। ਉਹ ਹਰ ਥਾਂ ਹੀ ਚੰਗੇ ਲੱਗਦੇ ਹਨ, ਜਿੱਥੇ ਵੀ ਜਾਂਦੇ ਹਨ ਉੱਥੇ ਹੀ ਉਹ ਸਾਰਿਆਂ ਨੂੰ ਚੰਗੇ ਲੱਗਦੇ ਹਨ, ਸਤਿਕਾਰ ਹੁੰਦਾ ਹੈ, ਸੋਹਣਾ ਜੀਵਨ ਉਹਨਾਂ ਦਾ ਬਣ ਜਾਂਦਾ ਹੈ, ਉਹਨਾਂ ਦਾ ਆਉਣਾ ਸਫਲ ਹੋ ਜਾਂਦਾ ਹੈ। ਅੱਜ ਰਹਿਮਤ ਕਰ ਰਹੇ ਹਨ ਸਤਿਗੁਰੂ ਜੀ ਸਾਡੇ ਉੱਤੇ, ਸਲੋਕ ਮਹੱਲਾ ਤੀਜਾ, ਆਸਾਂ ਅੰਦਰ ਸਭ ਕੋਈ ਨਿਰਾਸਾ ਹੋਏ, ਕਿਸੇ ਪਾਸੇ ਵੇਖ ਲਓ, ਕਿਸੇ ਜੀਵ ਨੂੰ ਮਿਲ ਲਓ, ਉਹ ਕਹੇਗਾ ਬਾਕੀ ਤਾਂ ਸਭ ਕੁਝ ਰੱਬ ਨੇ ਦਿੱਤਾ, ਆਹ ਨਹੀਂ ਮੇਰੀ ਆਸ ਪੂਰੀ ਕੀਤੀ, ਇਹ ਤਾਂ ਮਤਲਬ ਕਮੀ ਹੈ ਨਾ। ਇਹ ਕਮੀ ਕਿਸੇ ਦੀ ਦੂਰ ਨਹੀਂ ਹੁੰਦੀ ਹੈ, ਜੋ ਕੁਛ ਮਿਲਣਾ ਹੈ ਧੁਰ ਤੋਂ ਲਿਖਿਆ ਹੈ, ਪਰ ਪੁਰਬਲੇ ਸਾਡੇ ਕੀਤੇ ਕਰਮਾਂ ਦੇ ਅਨੁਸਾਰ ਮਿਲਣਾ ਹੈ। ਕਦੋਂ ਵਾਹਿਗੁਰੂ ਨੇ ਦੇਣਾ ਹੈ ਇਹ ਵੀ ਧੁਰ ਤੋਂ ਲਿਖ ਦਿੱਤਾ ਉਹਨੇ ਕਿ ਆਹ ਚੀਜ਼ ਇਹਨੂੰ ਇਸ ਵੇਲੇ ਜਾ ਕੇ ਦੇਣੀ ਹੈ। ਜਿਵੇਂ ਬੱਚਾ ਹੈ, ਛੋਟੇ ਬੱਚੇ ਦਾ, ਨਿੱਕੇ ਜਿਹੇ ਦਾ ਵਿਆਹ ਨਹੀਂ ਆਪਾਂ ਕਰਦੇ ਹਾਂ, ਜਦੋਂ ਜਵਾਨ ਹੁੰਦਾ ਉਦੋਂ ਵਿਆਹ ਕਰਦੇ ਹਾਂ। ਸਮਾਂ ਆਇਆ ਨਾ, ਸਮਾਂ ਆਉਣ 'ਤੇ ਉਹਦੀ ਸੰਤਾਨ ਵੀ ਹੁੰਦੀ ਹੈ। ਸੋ ਇੰਜ ਸਾਰੇ ਹੀ ਕਾਰਜ ਜਿਹੜੇ ਹਨ ਉਹ ਆਪਣੇ ਆਪਣੇ ਸਮੇਂ ਦੇ ਵਿੱਚ ਨਿਸ਼ਚਿਤ ਕੀਤੇ ਹਨ ਵਾਹਿਗੁਰੂ ਨੇ। ਤਿੰਨ ਅਵਸਥਾ ਹਰ ਇੱਕ ਦੇ ਉੱਤੇ ਆਉਂਦੀਆਂ ਹਨ, ਬਾਲਕ ਅਵਸਥਾ, ਜਵਾਨੀ ਦੀ ਅਵਸਥਾ, ਵਡੇਪੇ ਦੀ ਅਵਸਥਾ। ਇਸ ਨੂੰ ਕੋਈ ਬਦਲ ਨਹੀਂ ਸਕਦਾ। ਇਸ ਸਾਰੇ ਜੀਵਨ ਦੇ ਵਿੱਚ ਆਸਾਂ ਹਰ ਇੱਕ ਨੂੰ ਹੀ ਆਸ ਹੁੰਦੀ ਹੈ ਕਿ ਮੈਨੂੰ ਆਹ ਵੀ ਮਿਲ ਜੇ, ਆਹ ਵੀ ਮਿਲ ਜੇ। ਕੋਈ ਬਿਰਲਾ ਹੈ ਜਿਹੜਾ ਕਹਿੰਦਾ ਹੈ ਕਿ ਮੈਂ ਸੰਤੁਸ਼ਟ ਹਾਂ, ਹੁਣ
ਮੈਨੂੰ ਹੋਰ ਨਹੀਂ ਚਾਹੀਦਾ ਹੈ ਕੁਛ ਵੀ ਰੱਬ ਦੇ ਕੋਲੋਂ, ਗੁਰੂ ਦੇ ਕੋਲੋਂ ਹੋਰ ਨਹੀਂ ਕੁਛ ਵੀ ਚਾਹੀਦਾ। ਪਰ ਮੈਨੂੰ ਤਾਂ ਇੱਕੋ ਚੀਜ਼, ਉਹਦੇ ਦਰਸ਼ਨਾਂ ਦੀ ਭੁੱਖ ਹੈਗੇ, ਦਰਸ਼ਨ ਉਹਦੇ ਹੋ ਜਾਇਆ ਕਰਨ, ਉਹਦੇ ਪਿਆਰਿਆਂ ਦੇ ਦਰਸ਼ਨ ਹੋ ਜਾਇਆ ਕਰਨ। ਇਸ ਤੋਂ ਵੱਧ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਹੈ। ਅਤੇ ਇਸੇ ਤਰ੍ਹਾਂ ਹੀ ਮੈਂ ਦਰਸ਼ਨ ਕਰਦਿਆਂ ਕਰਦਿਆਂ ਉਸ ਦੇ ਨਾਲ ਇੱਕ ਮਿੱਕ ਹੋ ਜਾਵਾਂ। ਕੋਈ ਹੈ ਅਜਿਹਾ, ਅਜਿਹੀ ਅਵਸਥਾ ਕਿਵੇਂ ਬਣਦੀ ਹੈ ਜਿਸ ਜਿਹੜਾ ਸੰਤੁਸ਼ਟ ਹੋ ਜਾਵੇ ਜੀਵਨ ਦੇ ਵਿੱਚ? ਬਣ ਸਕਦੀ ਹੈ, ਇਹ ਨਹੀਂ ਕਿ ਨਹੀਂ ਬਣ ਸਕਦੀ ਹੈ, ਮਹਾਰਾਜ ਨੇ ਇਹ ਵੀ ਕਹਿ ਦਿੱਤਾ ਕਿ ਬਣਦੀ ਹੈ। ਗੁਰਸਿੱਖਾਂ ਕੀ ਸਭ ਭੁੱਖ ਗਈ ਤਿੰਨ ਪਿੱਛੇ ਹੋਰ ਖਾਏ ਕਨੇਰੀ। ਆਸਾਂ ਵਾਲਾ ਜੀ ਇਨਸਾਨ ਭੁੱਖਾ ਰਹਿੰਦਾ ਹੈ, ਇੱਕ ਆਸ ਪੂਰੀ ਹੋਈ, ਦੂਜੀ ਤੋਂ ਬਾਅਦ ਤੀਜੀ, ਸਾਰੀ ਉਮਰ ਇਸੇ ਤਰ੍ਹਾਂ ਹੀ ਲੰਘ ਜਾਂਦੀ ਉਸਦੀ। ਪਰ ਜਿਹੜਾ ਮਹਾਰਾਜ ਕਹਿੰਦੇ ਨਾਨਕ ਜੋ ਮਰ ਜੀਵਿਆ ਸਹਿਲਾ ਆਇਆ ਸੋਏ, ਸਹਿਲਾ ਉਸਦਾ ਆਉਣਾ ਸਫਲਾ ਹੈ। ਜਿਹੜਾ ਇਸ ਸੰਸਾਰ ਵਿੱਚ ਆ ਕੇ ਗੁਰੂ ਦੇ ਲੜ ਲੱਗ ਗਿਆ, ਗੁਰੂ ਦੇ ਉਪਦੇਸ਼ ਨੂੰ ਧਿਆਨ ਦੇ ਨਾਲ ਸਰਵਣ ਕੀਤਾ। ਦੇਖੋ ਜਿਹੜਾ ਆਪਾਂ ਪੜ੍ਹਦੇ ਹਾਂ ਇਹ ਵੀ ਸਰਵਣ ਹੈ। ਜੇ ਧਿਆਨ ਨਾਲ ਪੜ੍ਹਾਂਗੇ ਸਾਡੇ ਦਿਮਾਗ 'ਚ ਕੋਈ ਗੱਲ ਵੇਖੇਗੀ ਨਹੀਂ, ਜਿਹੜੀ ਸਾਡੇ ਦਿਮਾਗ 'ਚ ਗੱਲ ਬੈਠ ਜਾਵੇ ਉਹ ਸਰਵਣ ਹੋ ਜਾਂਦਾ ਹੈ। ਜਿਹੜੀ ਐਵੇਂ ਉੱਪਰੇ ਉੱਪਰੇ ਪੜ੍ਹੀ ਜਾਈਏ, ਜਿਵੇਂ ਕੋਈ ਇਨਸਾਨ ਪਾਣੀ ਦੇ ਉੱਤੇ ਤਾਰੀਆਂ ਲਾਉਂਦਾ ਹੈ, ਇੰਜ ਬਾਣੀ ਨੂੰ ਪੜ੍ਹੀ ਜਾਈਏ, ਫਿਰ ਜੋ ਥੱਲੇ ਹੀਰੇ ਜਵਾਹਰਾਤ ਮਹਾਰਾਜ ਨੇ ਇਸ ਡੂੰਘੇ ਸਮੁੰਦਰ 'ਚ ਰੱਖੇ ਹਨ ਉਹ ਨਹੀਂ ਆਪਣੇ ਹੱਥ ਆਉਂਦੇ ਹਨ। ਉੱਤੇ ਤਾਰੀਆਂ ਦਾ ਤਾਂ ਆਨੰਦ ਥੋੜ੍ਹਾ ਬੜਾ ਮਾੜਾ ਮੋਟਾ ਆ ਜਾਂਦਾ ਹੈ। ਸੋ ਜਿਹੜੇ ਇਸ ਸਮੁੰਦਰ ਵਿੱਚ ਡੂੰਘੀ ਲੰਮਾ ਸਾਹ ਲੰਮਾ ਦਮ ਹੈ ਜਿਨ੍ਹਾਂ ਦਾ, ਟੁੱਬੀ ਲਾਉਂਦੇ ਹਨ ਇਸ ਅਥਾਹ ਸਮੁੰਦਰ ਵਿੱਚੋਂ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਬੜੇ ਕੀਮਤੀ ਹੀਰੇ ਜਵਾਹਰਤ ਕੱਢ ਕੇ ਲਿਆਉਂਦੇ ਹਨ, ਅਮੀਰ ਹੋ ਜਾਂਦੇ ਹਨ। ਵਾਹਿਗੁਰੂ। ਜਿਹਨੇ ਆਪਣੇ ਆਪੇ ਨੂੰ ਮਾਰ ਲਿਆ, ਗੁਰੂ ਦੇ ਸ਼ਬਦ ਅਨੁਸਾਰ ਆਪਣਾ ਜੀਵਨ ਜੀਵਿਆ, ਮਹਾਰਾਜ ਕਹਿੰਦੇ ਆਪਣੇ ਆਪੇ ਨੂੰ ਮੇਟ ਲੈ, ਆਸਾਂ ਤੇਰੀਆਂ ਤਾਂ ਹੀ ਹਨ ਜੇ ਤੂੰ ਆਪਣੇ ਮੈਂ ਨੂੰ ਦਿਖਾਉਂਦਾ ਹੈ, ਤੇਰੇ ਅੰਦਰ ਮੈਂ ਹੈ ਤਾਂ ਆਸਾਂ ਹਨ। ਜੇ ਤੇਰੇ ਅੰਦਰ ਮੈਂ ਹੀ ਨਹੀਂ ਹੋਵੇਗੀ ਤਾਂ ਤੂੰ ਕਿਸੇ ਨੂੰ, ਤੇਰਾ ਕਿਹੜਾ ਕੌਣ ਹੈ ਫਿਰ? ਮੈਂ ਕਰਕੇ ਹੀ ਤੇਰੇ ਸਾਰੇ ਹਨ ਅਤੇ ਉਹਨਾਂ ਦੀ ਖਾਤਰ ਹੀ ਆਸਾਂ ਹਨ ਸਾਰੀਆਂ। ਹੈ ਤਾਂ ਔਖਾ ਕੰਮ ਹੈ। ਸੋ ਗੁਰੂ ਦੇ ਸ਼ਬਦ ਅਨੁਸਾਰ ਆਪਣਾ ਜੀਵਨ ਚਲਾਉਣਾ, ਇਹ ਆਪੇ ਨੂੰ ਮਾਰਨਾ ਹੈ। ਜੋ ਕੁਛ ਪੜ੍ਹਦੇ ਹਾਂ ਸੁਣਦੇ ਹਾਂ ਇਹਨੂੰ ਧਿਆਨ ਵਿੱਚ ਰੱਖਣਾ, ਆਪਣੇ ਸਦਾ ਹੀ ਯਾਦ ਰੱਖਣਾ ਇਹਨਾਂ ਗੱਲਾਂ ਨੂੰ। ਮਹਾਰਾਜ ਕਹਿੰਦੇ ਉਹਦਾ ਆਉਣਾ ਇੱਥੇ ਸਫਲਾ ਹੋ ਜਾਂਦਾ ਜਿਹੜਾ ਆਪੇ ਨੂੰ ਮੇਟ ਲੈਂਦਾ ਹੈ ਨਾ, ਉਹ ਫਿਰ ਸੰਤੁਸ਼ਟ ਹੋ ਜਾਂਦਾ ਹੈ। ਜੀਵਨ ਵਿੱਚ ਸਭ ਤੋਂ ਵੱਡੀ ਅਮੀਰੀ ਕੀ ਹੈ? ਸਾਡਾ ਮਨ ਸੰਤੁਸ਼ਟ ਹੋ ਜਾਵੇ। ਜੇ ਕੋਈ ਨਹੀਂ ਵੀ ਸਾਨੂੰ ਚੀਜ਼ ਮਿਲੀ ਤਾਂ ਵੀ ਰੱਬ ਦਾ ਸ਼ੁਕਰਾਨਾ ਕਰਨਾ, ਸੱਚੇ ਪਾਤਸ਼ਾਹ ਇਹਦੇ ਵਿੱਚ ਹੀ ਤੇਰਾ ਭਲਾ ਹੈ, ਇਹਦੇ 'ਚ ਹੀ ਮੇਰਾ ਭਲਾ ਤੂੰ ਸੋਚਿਆ ਹੈ ਕਿ ਜੇ ਇਹ
ਇੱਕ ਵਾਰੀ ਇਹਨੂੰ ਦੇ ਦਿੱਤੀ, ਮੁੜ ਕੇ ਵਾਪਸ ਲੈ ਲਈ ਤਾਂ ਬਹੁਤ ਦੁਖੀ ਹੋਵੇਗਾ। ਦੇਖੋ ਆਪਾਂ ਤਾਂ ਕੋਈ ਪਤਾ ਨਹੀਂ ਨਾ, ਆਪਾਂ ਕਿਸੇ ਵਸਤੂ ਦੇ ਮਾਲਕ ਨਹੀਂ ਹਾਂ। ਮਾਲਕ ਤਾਂ ਉਹੀ ਹੈ ਜਿਹੜਾ ਦੇਣ ਵਾਲਾ ਹੈ, ਅਤੇ ਉਹ ਕੀ ਪਤਾ ਉਹਨੇ ਕਿਹੜੇ ਵੇਲੇ ਕਹਿਣਾ ਲਿਆਓ ਭਾਈ ਹੁਣ ਇਹਦੀ ਮੈਨੂੰ ਲੋੜ ਹੈ ਵਾਪਸ ਕਰ ਦਿਓ। ਫਿਰ ਕੀ ਕਰ ਸਕਦੇ ਹਾਂ ਆਪਾਂ? ਜਿਸ ਠਾਕਰ ਸੋ ਨਾਹੀ ਚਾਰਾ ਤਾਂ ਕੋ ਕੀਜੈ ਸਦ ਨਮਸਕਾਰ। ਇਹ ਹੈ ਉਹਦੀ ਰਜ਼ਾ ਵਿੱਚ ਰਹਿਣਾ। ਮਹੱਲਾ ਤੀਜਾ, ਨਾ ਕਿਸ ਆਸਾ ਹੱਥ ਹੈ ਕਿ ਉਹ ਨਿਰਾਸਾ ਹੋਏ। ਕਹਿੰਦੇ ਇਹ ਵੀ ਨਹੀਂ ਹੈ ਕਿ ਆਸਾ ਜਿਹੜੀਆਂ ਹਨ ਇਹ ਹੀ ਸਾਡੇ ਉੱਤੇ ਹਾਵੀ ਹੋ ਜਾਂਦੀਆਂ ਹਨ, ਇਹ ਸਾਡੇ ਵੱਸ ਦੀ ਗੱਲ ਨਹੀਂ ਕਿ ਅਸੀਂ ਕੀ ਕਰੀਏ ਜੀ। ਇੱਕ ਖਾਹਿਸ਼ ਪੂਰੀ ਹੁੰਦੀ ਫਿਰ ਦੂਜੀ ਆ ਜਾਂਦੀ, ਦੂਜੀ ਤੋਂ ਬਾਅਦ ਤੀਜੀ ਆ ਜਾਂਦੀ, ਆਪੇ ਹੀ ਆਈ ਜਾਂਦੀਆਂ ਹਨ। ਕਹਿੰਦੇ ਇਹ ਵੀ ਕੋਈ ਅਜਿਹੀ ਗੱਲ ਨਹੀਂ ਹੈ ਕਿ ਆਸ਼ਾਵਾਂ ਜਿਹੜੀਆਂ ਹਨ ਇਹ ਇਹਨਾਂ ਦਾ ਸਾਡੇ ਉੱਤੇ ਕੰਟਰੋਲ ਹੈ, ਅਸੀਂ ਇਹਨਾਂ ਨੂੰ ਕੰਟਰੋਲ ਕਰ ਸਕਦੇ ਹਾਂ ਸ਼ਬਦ ਦੇ ਨਾਲ। ਉਹਦੇ ਵਾਸਤੇ ਜੋ ਸਾਨੂੰ ਮਹਾਰਾਜ ਨੇ ਤਰੀਕਾ ਦੱਸਿਆ ਹੈ, ਵਾਹਿਗੁਰੂ ਗੁਰਮੰਤਰ ਦਾ ਲਗਾਤਾਰ ਅਭਿਆਸ ਕਰਨਾ। ਜਿਵੇਂ ਅੱਗ 'ਤੇ ਪਾਣੀ ਪਈਏ ਤਾਂ ਅੱਗ ਬੁਝਦੀ ਹੈ ਨਾ, ਇਸੇ ਤਰ੍ਹਾਂ ਹੀ ਜਦੋਂ ਇਹ ਅਭਿਆਸ ਕਰੀ ਜਾਈਦਾ ਹੈ, ਸਾਡੇ ਅੰਦਰ ਜਿਹੜੀ ਇਹ ਆਸ਼ਾਵਾਂ ਦੀ ਅੱਗ ਲੱਗੀ ਹੋਈ ਹੈ, ਤ੍ਰਿਸ਼ਨਾ ਦੀ ਅੱਗ ਹੈ, ਇਹ ਨਾਮ ਦਾ ਜਲ ਜਿਵੇਂ ਜਿਵੇਂ ਪਈ ਜਾਂਦਾ, ਇਹ ਸ਼ਾਂਤ ਹੋਈ ਜਾਂਦੀ ਹੈ। ਔਰ ਜੀਵਨ ਵਿੱਚ ਇਹਨੂੰ ਸ਼ਾਂਤ ਕਰਨਾ ਹੀ ਸਾਡੇ ਜੀਵਨ ਦਾ ਮਨੋਰਥ ਹੈ। ਮਹਾਰਾਜ ਕਹਿੰਦੇ ਕਿ ਇਹਨਾਂ ਦੇ ਇਹ ਨਹੀਂ ਕਿ ਇਹੀ ਸਭ ਕੁਛ ਹਨ ਕਿ ਉਹ ਨਿਰਾਸਾ ਹੋਏ। ਫਿਰ ਦੱਸੋ ਜੇ ਇਹਨਾਂ ਦੇ ਹੱਥ ਵਿੱਚ ਕੁਛ ਨਹੀਂ ਹੈ, ਆਸ਼ਾਵਾਂ ਦੇ ਸਾਰਾ ਕੁਛ ਹੱਥ ਵਿੱਚ ਨਹੀਂ ਹੈ, ਤਾਂ ਫਿਰ ਬੰਦਾ ਨਿਰਾਸ਼ ਕਿਉਂ ਹੋ ਜਾਂਦਾ ਹੈ? ਕਿਆ ਕਰੇ ਬੱਪੜੀ ਜਾਂ ਭੁਲਾਏ ਸੋਏ। ਅਸਲ ਵਿੱਚ ਸਾਡੇ ਕੀਤੇ ਹੋਏ ਕਰਮਾਂ ਦਾ ਫਲ ਜਿਹੜਾ ਹੈ ਉਹ ਸਾਨੂੰ ਇੱਥੇ ਆ ਕੇ ਭੁਗਤਣਾ ਪੈਂਦਾ ਹੈ। ਆਪਾਂ ਨੂੰ ਜਿਹੜੀ ਚੀਜ਼ ਦੀ ਭੁੱਖ ਹੈ ਉਸ ਵੱਲ ਜ਼ਿਆਦਾ ਖਿੱਚ ਹੁੰਦੀ ਹੈ। ਦੇਖੋ ਭੁੱਖ ਦਾ ਮਤਲਬ ਮਨ 'ਚ ਖਿੱਚ ਹੁੰਦੀ ਹੈ ਕਿ ਅਸੀਂ ਆਹ ਚੀਜ਼ ਪ੍ਰਾਪਤ ਕਰਨੀ ਹੈ। ਉਹ ਕੋਈ ਵੀ ਹੋ ਸਕਦੀ ਹੈ। ਇਹ ਹੁਣ ਦੇਣੀ ਤਾਂ ਵਾਹਿਗੁਰੂ ਨੇ ਹੈ ਨਾ, ਉਹ ਅਤੇ ਉਹ ਮਾਲਕ ਹੈ, ਪਾਤਸ਼ਾਹ ਦੇ ਕੋਲੋਂ ਕੋਈ ਚੀਜ਼ ਆਪਾਂ ਧੱਕੇ ਨਾਲ ਨਹੀਂ ਲੈ ਸਕਦੇ ਹਾਂ। ਉਹ ਤਰੁੱਠ ਕੇ ਦਿੰਦਾ ਬਾਦਸ਼ਾਹ 'ਚ ਕੋਈ ਵੀ ਹੋਵੇ। ਇਸੇ ਤਰ੍ਹਾਂ ਹੀ ਪਾਤਸ਼ਾਹਾਂ ਦਾ ਪਾਤਸ਼ਾਹ ਹੈ, ਤਰੁੱਠ ਕੇ ਸਾਡੇ 'ਤੇ ਖੁਸ਼ ਹੋ ਕੇ ਸਾਨੂੰ ਸਭ ਕੁਛ ਹੀ ਦੇ ਸਕਦਾ ਹੈ। ਆਪਾਂ ਕਈ ਉਹਦੇ ਕੋਲ ਜ਼ੋਰ ਦੇ ਨਾਲ ਕੋਈ ਚੀਜ਼ ਲਈਏ ਤਾਂ ਨਹੀਂ ਮਿਲਦੀ। ਇਹ ਤਾਂ ਉਹ ਲੋਕ ਨਿਰਾਸ਼ ਹੁੰਦੇ ਹਨ ਸੰਸਾਰ ਦੇ ਵਿੱਚ ਜਿਹੜੇ ਧੱਕੇ ਨਾਲ ਉਸਦੇ ਕੋਲ ਕੁਝ ਮੰਗਣਾ ਚਾਹੁੰਦੇ ਹਨ, ਅਤੇ ਜਦੋਂ ਉਹਨਾਂ ਦੀ ਆਸ ਪੂਰੀ ਨਹੀਂ ਹੁੰਦੀ ਫਿਰ ਨਿਰਾਸ਼ ਹੋ ਜਾਂਦੇ ਹਨ ਜੀਵਨ ਤੋਂ। ਇਸੇ ਕਰਕੇ ਮਹਾਰਾਜ ਨੇ ਸਾਨੂੰ ਉਹਦੀ ਰਜ਼ਾ ਵਿੱਚ ਰਹਿਣ ਦਾ ਉਪਦੇਸ਼ ਦਿੱਤਾ ਹੈ ਕਿ ਪਿਆਰਿਆ ਜਿਹੜਾ ਆਨੰਦ ਉਹਦੀ ਰਜ਼ਾ ਵਿੱਚ ਰਹਿਣ ਵਿੱਚ ਹੈ ਉਹ ਆਨੰਦ ਹੋਰ ਕਿਤੇ ਨਹੀਂ, ਉਹ ਚੀਜ਼ ਪ੍ਰਾਪਤ ਕਰਕੇ ਨਹੀਂ ਤੈਨੂੰ ਆਨੰਦ ਮਿਲਣਾ ਹੈ। ਪੌੜੀ ਤ੍ਰਿਗ ਜੀਵਨ ਸੰਸਾਰ ਸੱਚੇ ਨਾਮ ਬਿਨ, ਗੱਲ ਹੀ ਮੁਕਾਤੀ ਮਹਾਰਾਜ ਨੇ। ਇਹ ਆਸਾਂ ਜਿਹੜੀਆਂ ਹਨ ਇਹ ਸਗੋਂ ਸਾਨੂੰ ਦੁਖੀ ਕਰਦੀਆਂ ਹਨ। ਮਹਾਰਾਜ ਨੇ ਤਾਂ ਹੀ ਕਿਹਾ ਨਾ, ਆਸ ਅਨਿਤ ਤਿਆਗੋ ਤਰੰਗ ਸੰਤ ਜਨਾ ਕੀ ਧੂਰ ਮਨ ਮੰਗ। ਇਹਨਾਂ ਨੂੰ ਕਾਬੂ ਕਰੋ, ਇਹਦੀ ਥਾਂ ਸੰਤਾਂ ਦੇ ਚਰਨਾਂ ਦੀ ਧੂੜ ਮੰਗਿਆ ਕਰੋ, ਸੰਤਾਂ ਦੀ ਸੰਗਤ ਮੰਗਿਆ ਕਰੋ, ਸੰਤਾਂ ਦੇ ਬਚਨ ਸੁਣਿਆ ਕਰੋ,
ਰੱਬ ਦੇ ਮਹਾਂਪੁਰਸ਼ ਸਤਿਗੁਰਾਂ ਨੇ ਵੇਖੋ ਕਿੰਨੇ ਸੰਤ, 15 ਸੰਤ ਆਪਣੀ ਗੋਦੀ ਵਿੱਚ ਬਿਠਾਏ ਹੋਏ ਹਨ। ਜਿੰਨੇ ਭਗਤ ਹਨ ਇਹ ਸੰਤ ਹਨ ਸਾਰੇ ਹੀ। ਇਹਨਾਂ ਦੇ ਬਚਨ ਸੁਣਨ ਨੂੰ ਆਪਾਂ ਪੜ੍ਹ ਸਕਦੇ ਹਾਂ, ਸੁਣ ਸਕਦੇ ਹਾਂ। ਜਿਹੜਾ ਨਹੀਂ ਪੜ੍ਹਿਆ ਹੋਇਆ ਉਹ ਕਿਸੇ ਹੋਰ ਸਿਆਣੇ ਗੁਰਸਿੱਖ ਦੇ ਕੋਲੋਂ ਸੁਣ ਸਕਦਾ ਹੈ। ਇਸੇ ਕਰਕੇ ਕਥਾ ਵਿਚਾਰਾਂ ਹੁੰਦੀਆਂ ਹਨ ਗੁਰੂ ਘਰਾਂ ਦੇ ਵਿੱਚ ਕਿ ਸਾਰਿਆਂ ਦਾ ਹੀ ਭਲਾ ਹੋ ਜਾਵੇ, ਪੜ੍ਹਿਆ ਨਾ ਪੜ੍ਹਿਆ ਦਾ। ਕੁਝ ਉਂਝ ਹੀ ਸੁਸਤ ਹੁੰਦੇ ਹਨ ਜੀਵਨ ਦੇ ਵਿੱਚ, ਉਹ ਆਪ ਪੜ੍ਹ ਹੀ ਨਹੀਂ ਸਕਦੇ, ਪੜ੍ਹੇ ਵੀ ਹਨ ਲੇਕਿਨ ਪੜ੍ਹਦੇ ਹੀ ਨਹੀਂ ਹਨ, ਇਸ ਪਾਸੇ ਧਿਆਨ ਨਹੀਂ ਆਉਂਦਾ। ਉਹ ਸਾਰੇ ਤਾਂ ਸਾਰਿਆਂ ਦਾ ਭਲਾ ਹੋ ਜਾਂਦਾ ਸੰਗਤ ਵਿੱਚ ਆਣ ਕੇ। ਮਹਾਰਾਜ ਕਹਿੰਦੇ ਕਿ ਸੱਚੇ ਨਾਮ ਤੋਂ ਬਿਨਾਂ ਸੰਸਾਰ ਵਿੱਚ ਰਹਿਣਾ ਜਿਹੜਾ ਇਹ ਲਾਂਤ ਹੈ ਅਜਿਹੇ ਜੀਵਨ ਦੇ। ਫਟਕਾਰਾਂ ਹੀ ਫਟਕਾਰਾਂ ਹਨ ਥਾਂ ਥਾਂ ਦੇ ਉੱਤੇ, ਕਿਉਂਕਿ ਰੱਬ ਨੂੰ ਭੁੱਲ ਕੇ ਬੰਦਾ ਵੱਡੀਆਂ ਵੱਡੀਆਂ ਗਲਤੀਆਂ ਕਰ ਲੈਂਦਾ ਹੈ ਅਤੇ ਫਿਰ ਜਿਹੜੀਆਂ ਗਲਤੀਆਂ ਕਰਦਾ ਹੈ ਉਸ ਦੀ ਸਜ਼ਾ ਵੀ ਉਹਨੂੰ ਮਿਲਦੀ ਹੈ। ਪ੍ਰਭ ਦਾਤਾ ਦਾ ਤਾਰ ਨਿਸ਼ਚਲ ਇਹ ਧਨ, ਅਸਲੀ ਰਹਿਣ ਵਾਲਾ ਧਨ ਆ ਹੈ, ਬਾਕੀ ਜੋ ਕੁਛ ਹੈ ਉਹ ਤਾਂ ਸਾਰਾ ਕੁਛ ਹੀ ਨਾਸਵੰਤ ਹੈ। ਉਹ ਮਹਾਰਾਜ ਨੇ ਸਲੋਕਾਂ 'ਚ ਹੀ ਦੱਸ ਦਿੱਤਾ ਹੈ, ਨਿਸ਼ਚਲ ਸਦਾ ਰਹਿਣ ਵਾਲਾ, ਨਿਸ਼ਚਲ ਇੱਕੋ ਨਾਮ ਧਨ, ਹੋਰ ਧਨ ਆਵੇ ਜਾਏ, ਦੂਜਾ ਕਦੀ ਆ ਗਿਆ ਕਦੀ ਚਲੇ ਗਿਆ, ਕਦੇ ਗਰੀਬ ਹੋ ਗਏ ਕਦੀ ਅਮੀਰ ਹੋ ਗਏ। ਇਹ ਧਨ ਜੀਏ ਸੇਤੀ ਰਵ ਰਿਹਾ, ਜੀਏ ਨਾਲੇ ਜਾਏ, ਇਹੀ ਇੱਕ ਧਨ ਹੈ ਜਿਹੜਾ ਜੀਵ ਦੇ ਨਾਲ ਇੱਥੇ ਰਹਿੰਦਾ ਹੈ, ਨਿਭਦਾ ਹੈ। ਸੰਸਾਰੀ ਧਨ ਜਿੰਨਾ ਮਰਜ਼ੀ ਜੇਬ 'ਚ ਹੋਵੇ, ਕੋਈ ਇਹਦੇ ਨਾਲ ਇੱਕ ਸਵਾਸ ਨਹੀਂ ਖਰੀਦ ਸਕਦਾ ਹੈ, ਪਰ ਜਿਹਦੇ ਕੋਲ ਨਾਮ ਧਨ ਹੈ ਉਹ ਸਵਾਸ ਖਰੀਦ ਸਕਦਾ ਹੈ, ਰੱਬ ਦੇ ਕੋਲੋਂ ਲੈ ਸਕਦਾ ਹੈ, ਉਹਦੇ ਬਦਲੇ ਵਿੱਚ ਲੈ ਸਕਦਾ ਹੈ। ਉਹ ਰੱਬ ਦੇ ਅੱਗੇ ਜੋਦੜੀ ਕਰੇ ਤਾਂ ਉਹਦੇ ਸਵਾਸ ਰੱਬ ਵਧਾ ਵੀ ਸਕਦਾ ਹੈ, ਕਿਉਂਕਿ ਉਹਦੇ ਹੱਥ ਵਿੱਚ ਹੈ ਸਾਰਾ ਕੁਛ। ਇਸ ਕਰਕੇ ਮਹਾਰਾਜ ਕਹਿੰਦੇ ਇਸ ਧਨ ਕੋ ਤਸਕਰ ਜੋ ਹੈ ਨਾ ਸੱਕੀ ਨਾ ਚੱਕਾ ਲੈ ਜਾਏ। ਜੇ ਤੁਸੀਂ ਆਹ ਨਾਮ ਧਨ ਇਕੱਠਾ ਕਰੋਗੇ ਨਾ, ਇਹ ਜਪ ਜਪ ਕੇ ਇਕੱਠਾ ਕਰੀਦਾ ਹੈ, ਜਿੰਨਾ ਜਪਾਂਗੇ ਉਨਾ ਸਾਡੇ ਕੋਲ ਇਹ ਧਨ ਇਕੱਠਾ ਹੋਈ ਜਾਏਗਾ। ਸੋ ਇਹਨੂੰ ਕੋਈ ਚੋਰ ਚੋਰੀ ਨਹੀਂ ਕਰ ਸਕਦਾ, ਨਾ ਕੋਈ ਸਾਡੇ ਨਾਲ ਠੱਗੀ ਮਾਰ ਸਕਦਾ ਇਸ ਧਨ ਦੇ ਬਾਰੇ। ਭੈਣ ਭਰਾ ਸੰਸਾਰੀ ਧਨ ਪਿਓ ਦੀ ਜਾਇਦਾਦ ਜਿਹੜੀ ਉਹਨੂੰ ਵੰਡ ਲੈਂਦੇ ਹਨ ਵੇਖ ਲਓ, ਲੇਕਿਨ ਇਸ ਧਨ ਨੂੰ ਕੋਈ ਨਹੀਂ ਵੰਡਾ ਸਕਦਾ। ਜਿਹਦੇ ਕੋਲ ਇਹ ਧਨ ਹੈ ਇਹ ਉਹਦੀ ਆਪਣੀ ਜਾਇਦਾਦ ਹੈ, ਜੀ ਕਰੇ ਦੇਵੇ ਜੀ ਕਰੇ ਨਾ ਦੇਵੇ, ਇਹ ਸਦਾ ਰਹਿਣ ਵਾਲਾ ਨਾਲ ਨਿਭਣ ਵਾਲਾ ਹੈ। ਔਰ ਸਾਰੇ ਦਾ ਸਾਰਾ ਜਿੰਨਾ ਇਕੱਠਾ ਕੀਤਾ ਜੀਵਨ ਦੇ ਵਿੱਚ ਉਹ ਸਾਰਾ ਸਾਡੇ ਨਾਲ ਜਾਣਾ ਹੈ। ਇਸੇ ਧਨ ਨੂੰ ਵੇਖ ਕੇ ਹੀ ਅੱਗੇ ਸਾਨੂੰ ਰੱਬ ਦੇ ਦਰ 'ਤੇ ਸ਼ਾਬਾਸ਼ ਮਿਲਣੀ ਹੈ, ਬਾਕੀ ਤਾਂ ਸਭ ਕੁਝ ਇੱਥੇ ਹੀ ਰਹਿ ਜਾਣਾ। ਸਾਸ ਸਾਸ ਅਰਾਧੇ ਨਿਰਮਲ ਸੋਏ ਜਨ, ਕਿਵੇਂ ਇਕੱਠਾ ਕਰੀਦਾ ਮਹਾਰਾਜ ਨੇ ਕਿ ਸਾਸ ਸਾਸ ਹਰ ਸਵਾਸ ਦੇ ਨਾਲ ਜੋੜ ਲਓ ਨਾਮ ਨੂੰ ਜਿਹੜਾ ਗੁਰੂ ਨੇ ਵਾਹਿਗੁਰੂ ਗੁਰਮੰਤਰ ਬਖਸ਼ਿਸ਼ ਕੀਤਾ ਹੈ, ਇਹ ਨਾਮ ਮੰਤਰ ਹੈ। ਹਰ ਵੇਲੇ ਹੀ ਲੱਗੇ ਰਹੋ, ਇਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਕੋਈ ਕੰਮ ਨਹੀਂ ਕਰ ਸਕਦੇ ਜਿਹੜੇ ਸਵਾਸ ਜਪਦੇ ਹਨ। ਸਵਾਸ ਤਾਂ
ਕੰਮ ਕਰਦੇ ਵੀ ਆਈ ਜਾਂਦੇ ਹਨ। ਦੇਖ ਲਓ ਆਪਾਂ ਜਦੋਂ ਸੁੱਤੇ ਹੁੰਦੇ ਉਦੋਂ ਵਿਸ਼ਵਾਸ ਚੱਲੀ ਜਾਂਦਾ ਹੈ। ਇਸੇ ਤਰ੍ਹਾਂ ਜੇ ਲਗਾਤਾਰ ਅਭਿਆਸ ਕਰਦੇ ਰਹੀਏ ਤਾਂ ਇਹ ਨਾਮ ਜਿਹੜਾ ਹੈ ਸਾਡੇ ਸਵਾਸਾਂ ਨਾਲ ਰਲ ਕੇ ਆਪਣੇ ਆਪ ਸੁੱਤਿਆਂ ਜਾਗਦਿਆਂ ਕੰਮ ਕਰਦਿਆਂ ਚੱਲਦਾ ਰਹਿੰਦਾ। ਇਹਨੂੰ ਸਵਾਸਾਂ ਦੇ ਨਾਲ ਜੋੜਨ ਦੀ ਲੋੜ ਹੈ। ਅਤੇ ਜੁੜੇਗਾ ਕਿਵੇਂ? ਜਦੋਂ ਇਹ ਅਭਿਆਸ ਕਰਾਂਗੇ ਸਾਸ ਗ੍ਰਾਸ ਆਪਾਂ, ਕਹਿੰਦੇ ਉਹ ਨਿਰਮਲ ਹੋ ਜਾਂਦੇ ਸੰਸਾਰ ਦੇ ਜੀਵਨ 'ਚ, ਉਹਨਾਂ ਦਾ ਜੀਵਨ ਨਿਰਮਲ ਹੋ ਜਾਂਦਾ ਹੈ, ਕੋਈ ਵਿਕਾਰ ਨਹੀਂ ਉਹਨਾਂ ਦੇ ਅੰਦਰ ਰਹਿੰਦਾ। ਅੰਤਰਜਾਮੀ ਅਗਮ ਰਸਨਾ ਏ ਏਕਪਨ, ਵਾਹਿਗੁਰੂ ਦਿਲਾਂ ਦੀਆਂ ਜਾਣਨ ਵਾਲਾ ਹੈ। ਹੈ ਆ ਪਹੁੰਚ ਹੈ ਇਹਨਾਂ ਗਿਆਨ ਅਤੇ ਕਰਮ ਇੰਦਰੀਆਂ ਦੀ ਪਹੁੰਚ ਤੋਂ ਭਰੇ ਹੈ। ਜਿੱਤ ਰੁੱਖਦਾ ਹੈ ਉਦੋਂ ਮਿਲਦਾ ਹੈ। ਜੇ ਮਹਾਰਾਜ ਨੇ ਕਿਹਾ ਕਿ ਤੁਸੀਂ ਉਹਨੂੰ ਪ੍ਰੇਮ ਕਰੋ ਤੁਹਾਡੇ ਅੰਦਰ ਹਾਜ਼ਰ ਹੋ ਜਾਏਗਾ, ਜਿਨ ਪ੍ਰੇਮ ਕੀਓ ਅਤੇ ਨਹੀਂ ਪ੍ਰਪਾਇਓ। ਅਤੇ ਪ੍ਰੇਮ ਕਰਨ ਵਾਸਤੇ, ਪ੍ਰੇਮ ਦੀ ਖੇਡ ਖੇਡਣ ਵਾਸਤੇ ਸਿਰ ਤਾਲੀ 'ਤੇ ਰੱਖਣਾ ਪੈਂਦਾ ਹੈ, ਆਪਣਾ ਆਪਾ ਸਮਰਪਣ ਕਰਨਾ ਪੈਂਦਾ ਹੈ ਗੁਰੂ ਨੂੰ। ਫਿਰ ਮਨ ਮਰਜ਼ੀ ਨਹੀਂ, ਫਿਰ ਗੁਰੂ ਦੀ ਮਰਜ਼ੀ ਚੱਲਣੀ ਚਾਹੀਦੀ ਹੈ। ਮਹਾਰਾਜ ਕਹਿੰਦੇ ਰਸਨਾ ਏਕ ਪਨ, ਇਹਨੂੰ ਜਪੀ ਜਾ, ਤੂੰ ਜਪੀ ਜਾ ਲਗਾਤਾਰ, ਬਾਰੰਬਾਰ ਬਾਰ ਜਪੀਏ। ਪੀ ਅੰਮ੍ਰਿਤ ਮਨ ਤੰਤਰ ਪੀਏ, ਇਹ ਅੰਮ੍ਰਿਤ ਆ, ਇਹਨੂੰ ਪੀ ਜਾ, ਪੀ ਜਾ। ਤੇਰਾ ਮਨ ਅਤੇ ਤਨ ਦੋਵੇਂ ਰੱਜ ਜਾਣਗੇ, ਸੰਤੁਸ਼ਟ ਹੋ ਜਾਣਗੇ। ਰਵ ਰਿਆ ਸਰਬੱਤ ਨਾਨਕ ਬਲ ਜਾਈ, ਅਜੇ ਜੋ ਵਾਹਿਗੁਰੂ ਪਰਮੇਸ਼ੁਰ ਸਭ ਪਾਸੇ ਸਭ ਦੇ ਵਿੱਚ ਹੈ, ਸਭ ਥਾਈ ਹੈ, ਉਹਦੇ ਤੋਂ ਬਲਿਹਾਰ ਜਾਈਏ, ਵਾਰੇ ਵਾਰੇ ਜਾਈਏ। ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੇ ਨਾਈ, ਵਾਹਿਗੁਰੂ ਜੀ ਧਾਗੇ ਤੋਂ ਬਲਿਹਾਰ ਜਾਈਏ, ਵਾਰੇ ਵਾਰੇ ਜਾਈਏ। ਤਨ ਹੋ ਤੁਸੀਂ ਧਾਗੀ, ਰਚਨਾ ਜਿਹੜੀ ਰਚੀ ਹੋਈ ਹੈ ਵੀ ਤਨਤਾ ਦੇ ਯੋਗ ਹੈ, ਇਸ ਤੋਂ ਵੀ ਬਲਿਹਾਰ ਜਾਂਦੇ ਹਾਂ। ਸੋ ਇਹ ਪਾਵਨ ਉਪਦੇਸ਼ ਸਤਿਗੁਰੂ ਜੀ ਨੇ ਸਾਨੂੰ ਅੱਜ ਦਿੜਖਰਾਇਆ ਹੈ। ਇੱਕ ਪੌੜੀ ਇਸ ਵਾਰ ਦੀ ਰਹਿ ਗਈ ਹੈ, ਹੋਰ ਫਿਰ ਅੱਗੇ ਰਾਮਕਲੀ ਦੀ ਜਿਹੜੀ ਦੂਜੀ ਵਾਰ ਹੈ ਉਹ ਆਰੰਭ ਹੋਵੇਗੀ। ਗੁਰੂ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਉਚਾਰੀ ਹੋਈ ਹੈ, ਫਿਰ ਤੀਸਰੀ ਵਾਰ ਸੱਤੇ ਬਲਵੰਡ ਦੀ ਉਚਾਰੀ ਹੋਈ ਹੈ, ਜਿਹੜੀ ਰਾਮਕਲੀ ਰਾਜ 3 ਵਾਰਾਂ ਆਈਆਂ ਹਨ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਲਾਹਾ ਆਪਾਂ ਲੈਣਾ ਹੈ, ਸੰਗਤ ਵਿੱਚ ਵੀ ਆ ਕੇ ਲੈਣਾ ਹੈ, ਕਥਾ ਕੰਨਾਂ ਦੇ ਨਾਲ ਆਪਾਂ ਸੁਣਨੀ ਹੈ। ਦੇਖੋ ਕੀਰਤਨ ਵੀ ਕੰਨਾਂ ਨਾਲ ਸੁਣੀਦਾ ਹੈ ਨਾ, ਅਭਿਆਸ ਕਰਨ ਦਾ ਤਰੀਕਾ ਇਹੀ ਹੁੰਦਾ ਹੈ, ਕੰਨਾਂ ਨਾਲ ਕਥਾ ਸੁਣੀ ਜਾਓ, ਰਸਨਾ ਦੇ ਨਾਲ ਜਾਪ ਕਰੀ ਜਾਓ। ਰਸਨਾ ਨੂੰ ਵਿਹਲੇ ਨਹੀਂ ਰਹਿਣ ਦੇਣਾ ਹੈ, ਇਹਨੂੰ ਆਦਤ ਬਣਾ ਲਓ। ਇਹਦੀ ਆਦਤ ਬਣ ਗਈ ਫਿਰ ਆਪਣੇ ਆਪ ਇਸ ਰਸਨਾ ਤੋਂ ਆਪੇ ਹੀ ਵਾਹਿਗੁਰੂ ਨਿਕਲੇਗਾ। ਇਹ ਲਾਹਾ ਲੈਣਾ ਹੈ, ਘਰ ਵੀ ਲੈਣਾ ਹੈ, ਬਾਹਰ ਵੀ, ਜਿੱਥੇ ਵੀ ਹੋਈਏ, ਕੰਮ ਕਾਰ ਕਰਦੇ ਹਾਂ ਵੀ ਇਹ ਲਾਹਾ ਲੈਣਾ ਹੈ। ਅਤੇ ਲਾਹਾ ਲੈਣ ਦਾ ਤਰੀਕਾ ਇਹੀ ਹੈ, ਕੋਈ ਇਹ ਨਹੀਂ ਸਾਡੇ ਵਾਸਤੇ ਜ਼ਰੂਰੀ ਕਿ ਅਸੀਂ ਇਕਾਂਤ ਵਿੱਚ ਬੈਠੀਏ ਤਾਂ ਨਾਮ ਜਪਿਆ ਜਾਏਗਾ। ਬਸ ਸੁਰਤੀ ਨੂੰ ਅੰਤਰਮੁਖੀ ਕਰ ਲੈਣਾ ਹੀ ਸਾਡੀ ਇਕਾਂਤ ਹੈ। ਤੁਸੀਂ ਧਿਆਨ ਬਾਹਰੋਂ ਆਪਣੇ ਅੰਦਰ ਲੈ ਜਾਓ, ਕੁਛ ਸਮਾਂ ਜਦੋਂ ਲਗਾਤਾਰ ਅਭਿਆਸ ਕਰੋਗੇ ਫਿਰ ਤੁਸੀਂ ਭਾਵੇਂ ਅੱਖਾਂ ਖੋਲ੍ਹ ਕੇ ਵੀ ਜਾਪ ਕਰੀ ਜਾਓ, ਤੁਹਾਡਾ ਧਿਆਨ ਅੰਤਰਮੁਖੀ ਰਹੇਗਾ।
ਬਾਹਰ ਜੋ ਮਰਜ਼ੀ ਵਾਪਰਦਾ ਰਹੇ ਤੁਹਾਡਾ ਧਿਆਨ ਬਾਹਰ ਨਹੀਂ ਜਾਏਗਾ। ਬਸ ਇਹ ਲਾਹਾ ਇਸ ਤਰੀਕੇ ਨਾਲ ਖੱਟੀਦਾ ਹੈ। ਫਿਰ ਤੁਸੀਂ ਭਾਵੇਂ ਗੱਲਾਂ ਬਾਤਾਂ ਕਰਦੇ ਰਹੋ, ਕੰਮ ਕਾਰ ਕਰੀ ਜਾਓ, ਇਹ ਨਾਮ ਨੇ ਆਪਣੇ ਆਪ ਹੀ ਚੱਲੀ ਜਾਣਾ ਹੈ। ਇਹਨੇ ਆਪਣੇ ਆਪ ਹੀ, ਜਿਵੇਂ ਵੱਡੇ ਕਲੋਕ ਹੁੰਦੇ ਸਨ ਪਹਿਲਾਂ, ਉਹਨਾਂ ਥੱਲੇ ਪੈਂਡਲਮ ਲੱਗਾ ਹੁੰਦਾ ਸੀ, ਇੱਕ ਇੱਧਰ ਉੱਧਰ ਨੂੰ ਹਿੱਲੀ ਜਾਂਦਾ ਹੈ, ਉਹਦੀ ਕੋਈ ਚਾਬੀ ਤਾਂ ਨਹੀਂ ਸੀ ਹੁੰਦੀ। ਆਪਣੇ ਆਪ ਹੀ ਉਹਨੇ ਇੱਕ ਵਾਰੀ ਹਿਲਾ ਦਿਓ, ਉਹਨੇ ਹਿੱਲੀ ਜਾਣਾ, ਜਿੰਨਾ ਰੋਕੋਗੇ ਨਹੀਂ ਉਨਾ ਜ਼ਿਆਦਾ ਰੁਕਣਾ। ਇਸੇ ਤਰ੍ਹਾਂ ਹੀ ਨਾਮ ਦਾ ਪ੍ਰਵਾਹ ਇੱਕ ਵਾਰੀ ਸਤਿਗੁਰੂ ਜੀ ਦੀ ਕਿਰਪਾ ਨਾਲ ਅੰਦਰ ਚੱਲ ਪਵੇ, ਫਿਰ ਇਹ ਪੈਂਡਲਮ ਵਾਂਗੂ ਆਪਣੇ ਆਪ ਹੀ ਹੁਲਾਰਾ ਆਈ ਜਾਂਦਾ ਹੈ ਅੰਦਰ। ਜਿੰਨਾ ਚਿਰ ਤੁਸੀਂ ਆਪ ਜਾਣ ਬੁੱਝ ਕੇ ਇਹਨੂੰ ਰੋਕੋਗੇ, ਉਨਾ ਚਿਰ ਨਹੀਂ ਇਹ ਰੁਕੇਗਾ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ, 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 ਵਾਹਿਗੁਰੂ,
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।